ਤੋਂ ਬਾਅਦ ਕਈ ਯਾਤਰਾਈਆਂ ਜਿਹੜੀਆਂ ਉਹ ਚੱਲੀਆਂ ਸੀਟਾਂ ਤੋਂ ਬਾਅਦ ਉਹਨਾਂ ਨੂੰ ਹੋਰ ਮਜ਼ਬੂਤੀ ਕਿਤੇ ਨਾ ਕਿਤੇ ਮਿਲਦੀ ਨਜ਼ਰ ਆਈ ਹੈ। ਪਰ ਦੂਜੇ ਪਾਸੇ ਅਕਾਲੀ ਦਲ ਲਈ ਸੰਕਟ ਦਾ ਵਿਸ਼ਾ ਇਸ ਲਈ ਨਵਨੀਤ, ਕਿਉਂਕਿ ਇਹ ਜਿਹੜਾ ਹੁਣ ਆਉਂਦਾ ਹੈ, ਹੁਣ ਜੇ ਮਜੀਠੀਆ ਨੂੰ ਵੀ ਦਿਆ ਜਾਂਦਾ ਤਾਂ ਪਰਿਵਾਰਵਾਦ ਦਾ ਇਲਜ਼ਾਮ ਲੱਗੇਗਾ ਤੇ ਦੂਜਾ ਵੱਡਾ ਚਿਹਰਾ ਤਲਾਸ਼ਣ ਚ ਵੀ ਖਾਸਾ ਸਮਾਂ ਲੱਗੂਗਾ ਇਹਨਾਂ ਨੂੰ। ਨਹੀਂ ਦੇਖੋ, ਪਾਰਟੀ ਦੇ ਕੋਲ ਚਿਹਰੇ ਤੇ ਹੈਗੇ। ਪਿਛਲੇ ਕਈ ਦਿਨਾਂ ਤੋਂ ਤੁਸੀਂ ਇੱਕ ਚੀਜ਼ ਨੋਟਿਸ ਕਰੋ ਕਿ ਚਰਨਜੀਤ ਢਿੱਲੋਂ ਲਗਾਤਾਰ ਕਈ ਬੜੀ ਤੇਜ਼ ਉਸਾ ਰਹੇ ਨੇ, ਜਾਂ ਪਵਨ ਕੁਮਾਰ ਜੀ ਨੂੰ ਜੇ ਇਸ ਅਹੁਦਾ ਜਾਂ ਜ਼ਿੰਮੇਵਾਰੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਵਿਕਰਮ ਮਜੀਠੀਆ ਨੂੰ ਨਹੀਂ ਦਿੱਤੀ ਜਾਂਦੀ, ਜਿਵੇਂ ਕਿ ਤੁਸੀਂ ਵੀ ਕਹਿ ਰਹੇ ਹੋ ਕਿ ਪਰਿਵਾਰਵਾਦ ਦੇ ਇਲਜ਼ਾਮ, ਬਿਲਕੁਲ ਉਹ ਗੱਲ ਲਗਾਤਾਰ ਹੈ। ਲੇਕਿਨ ਪਾਰਟੀ ਕੋਲ ਕਈ ਚਿਹਰੇ ਹੈਗੇ ਜਿਹਨਾਂ ਵਿੱਚ ਪਵਨ ਕੁਮਾਰ ਜੀ ਨੂੰ ਨੇ, ਜਿਹਨਾਂ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ, ਜਿਹਨਾਂ 'ਚ ਅਸੀਂ ਕਹਿ ਸੀਨੀਅਰ ਇਸ ਵੇਲੇ ਜਿਹੜੇ ਵਿਧਾਇਕ ਵੀ ਹੈਗੇ, ਪਿਛਲੀ ਵਾਰ ਕੈਬਨਿਟ ਮੰਤਰੀ ਵੀ ਰਹੇ ਨੇ, ਉਹ ਕਈ ਚਿਹਰੇ ਹੈਗੇ। ਲੇਕਿਨ ਇਸ ਵੇਲੇ ਵੱਡੀ ਖ਼ਬਰ ਹੈ ਕਿ ਇਸ ਅਸਤੀਫੇ ਨੂੰ ਕਿਵੇਂ ਦੇਖਿਆ ਜਾਏ, ਜਾਂ ਜ਼ਿੰਮੇਵਾਰੀਆਂ ਜੋ ਛੱਡੀਆਂ ਗਈਆਂ ਨੇ ਪ੍ਰਵਿੰਦਰ ਢੀਂਡਸਾ ਵੱਲੋਂ, ਸਾਬਕਾ ਖਜ਼ਾਨਾ ਮੰਤਰੀ ਵੱਲੋਂ, ਉਸ ਨੂੰ ਕਿਵੇਂ ਦੇਖਿਆ ਜਾਏ, ਉਸਦੇ ਕੀ ਕੁਝ ਸਿਆਸੀ ਮਾਇਨੇ ਲਾਏ ਜਾਣ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਖਜ਼ਾਨਾ ਮੰਤਰੀ ਪੰਜਾਬ, ਨੇ ਅਸਤੀਫਾ ਦਿੱਤਾ ਹੈ ਅਕਾਲੀ ਦਲ ਤੋਂ, ਉਹਨਾਂ ਨੇ ਅਸਤੀਫਾ ਦਿੱਤਾ ਹੈ ਤੇ ਲੀਡਰਸ਼ਿਪ ਆਫ ਪਾਰਟੀ ਇਨ ਦਾ ਵਿਧਾਨ ਸਭਾ ਆਗੂ ਵਜੋਂ ਅਸਤੀਫਾ ਦਿੱਤਾ, ਵਿਧਾਨ ਸਭਾ ਦੇ ਆਗੂ ਵਜੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ। ਦਲਜੀਤ ਸਿੰਘ ਚੀਮਾ ਸਾਡੇ ਨਾਲ ਜੁੜ ਚੁੱਕੇ ਨੇ। ਚੀਮਾ ਸਾਹਿਬ, ਢੀਂਡਸਾ ਨੇ ਅਸਤੀਫਾ ਦਿੱਤਾ ਹੈ, ਪ੍ਰਵਾਨ ਵੀ ਹੋ ਚੁੱਕਿਆ ਹੈ, ਕਿਸ ਤਰ੍ਹਾਂ ਪਾਰਟੀ ਦਾ ਸਟੈਂਡ ਹੈ ਇਸ ਤੇ? ਦੇਖੋ, ਵਿਧਾਨ ਸਭਾ ਦੇ ਲੀਡਰਸ਼ਿਪ ਤੋਂ ਅਸਤੀਫਾ ਆਇਆ ਸੀਗਾ, ਉਹ ਪ੍ਰਧਾਨ ਸਾਹਿਬ ਨੇ ਤੁਰੰਤ ਸਵੀਕਾਰ ਕਰ ਲਿਆ। ਪਰ ਚੀਮਾ ਸਾਹਿਬ, ਜਿਹੜੀ ਦੂਰੀ ਲਗਾਤਾਰ ਚੱਲ ਰਹੀ ਹੈ ਢੀਂਡਸਾ ਪਰਿਵਾਰ ਦੀ, ਅਕਾਲੀਆਂ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ? ਕੋਈ ਵਿਸ਼ਾ ਨਹੀਂ, ਪਾਰਟੀ ਜਿਹੜੀ ਹੈ ਬੜੀ ਮਜ਼ਬੂਤੀ ਦੇ ਨਾਲ ਚੱਲ ਰਹੀ ਹੈ, ਮਜ਼ਬੂਤੀ ਦੇ ਨਾਲ ਅੱਗੇ ਵਧੇਗੀ। ਇਹ ਨਿੱਕੇ ਮੋਟੀਆਂ ਜਿਹੜੀਆਂ ਡਿਵੈਲਪਮੈਂਟ ਇੱਕ ਵਾਰੀ ਨਹੀਂ, ਬੜੀ ਵਾਰੀ ਹੁੰਦੀਆਂ ਨੇ, ਲੇਕਿਨ ਪਾਰਟੀ ਆਪਣੇ ਜਿਹੜੀ ਹੈਗੀ ਹੈ ਉਸੇ ਤੋਂ ਅੱਗੇ ਵਧੇ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਪਾਰਟੀ ਇਸ ਤਰ੍ਹਾਂ ਹੀ ਅੱਗੇ ਵਧੇਗੀ, ਕੋਈ ਨਾਰਾਜ਼ਗੀ ਨਹੀਂ ਹੈ, ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਹੈ। ਤੇ ਸਾਫ਼ ਤੌਰ 'ਤੇ ਵੱਡੀ ਖ਼ਬਰ ਤੁਸੀਂ ਵੇਖ ਰਹੇ ਹੋ, ਆਪਣੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ। ਹੁਣ ਅਕਾਲੀਆਂ ਲਈ ਚੈਲੰਜ ਇਹ ਹੋਵੇਗਾ ਕਿ ਦੂਜਾ ਚਿਹਰਾ ਕਿਹੜਾ ਇਸ ਅਹੁਦੇ ਦੇ ਲਈ। ਪਰ ਦੂਰੀਆਂ ਜਿਹੜੀਆਂ ਨੇ ਉਹ ਲਗਾਤਾਰ ਢੀਂਡਸਾ ਪਰਿਵਾਰ ਦੀ ਹਮੇਸ਼ਾ ਤੋਂ ਹੀ ਦੇਖੀਆਂ ਜਾ ਰਹੀਆਂ ਹਨ, ਚਾਹੇ ਵੱਡੇ ਢੀਂਡਸਾ ਦੀ ਗੱਲ ਕਰੀਏ, ਚਾਹੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕਰੀਏ। ਪਰਮਿੰਦਰ ਸਿੰਘ ਢੀਂਡਸਾ ਨੇ ਸਥਾਪਨਾ ਦਿਵਸ 'ਤੇ ਵੀ ਸ਼ਮੂਲੀਅਤ ਨਹੀਂ ਕੀਤੀ ਸੀ, ਤਾਂ ਸਮਝਿਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਕੋਈ ਵੱਡਾ ਫੈਸਲਾ ਲੈ ਸਕਦੇ ਨੇ। ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਜਿਹੜਾ ਉਹਨਾਂ ਵੱਲੋਂ ਜਿਹੜਾ ਭੇਜਿਆ ਸੀ ਅਸਤੀਫਾ, ਉਹ ਪ੍ਰਮਾਣ ਵੀ ਕੀਤਾ ਹੈ, ਵਿਧਾਨ ਸਭਾ ਦੇ ਆਗੂ ਵਜੋਂ ਅਸਤੀਫਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਜਿਹੜਾ ਪ੍ਰਵਾਨ ਹੋ ਚੁੱਕਿਆ ਹੈ। ਲਗਾਤਾਰ ਵੱਡੀ ਖਬਰ ਤੁਹਾਨੂੰ ਵਿਖਾ ਰਹੇ ਹਾਂ, ਪਰਮਿੰਦਰ ਸਿੰਘ ਢੀਂਡਸਾ ਨੂੰ ਲੈ ਕੇ ਵੱਡੀ ਖਬਰ। ਢੀਂਡਸਾ ਪਰਿਵਾਰ ਦਾ ਕਾਫੀ ਵੱਡਾ ਰੋਲ ਰਿਹਾ ਹੈ ਅਕਾਲੀਆਂ ਦੀ ਸਿਆਸਤ 'ਚ। ਪਰ ਦੂਜੇ ਪਾਸੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਅਸਤੀਫੇ ਨੂੰ ਕਿਸ ਅੰਦਾਜ਼ 'ਚ ਵੇਖਿਆ ਜਾਣਾ, ਆਉਣ ਵਾਲੇ ਸਮੇਂ 'ਚ ਕੀ ਇਹ ਦੂਰੀ ਹੋਰ ਜ਼ਿਆਦਾ ਆਬਾਦੀ ਨਜ਼ਰ ਆਵੇਗੀ ਜਾਂ ਫਿਰ ਇਹ ਸ਼ੁਰੂਆਤ ਹੈ। ਵਿਧਾਨ ਸਭਾ ਦੇ ਆਗੂ ਵਜੋਂ ਅਸਤੀਫਾ ਦਿੱਤਾ ਹੈ ਢੀਂਡਸਾ ਵੱਲੋਂ। ਪਰਮਿੰਦਰ ਸਿੰਘ ਢੀਂਡਸਾ ਨੇ ਹਾਲਾਂਕਿ ਇਲੈਕਸ਼ਨਸ ਵੀ ਲੜੇ ਸੀ MP ਦੇ, ਸਮਝਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਟਿਕਟ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਰੇੜਕਾ ਸੀ, ਪਰ ਟਿਕਟ ਉਹਨਾਂ ਨੂੰ ਦਿੱਤੀ ਗਈ ਕਿਉਂਕਿ ਢੀਂਡਸਾ ਪਰਿਵਾਰ ਨੂੰ ਖੁਸ਼ ਕਰਨ ਦੀ ਉਹ ਕੋਸ਼ਿਸ਼ ਸੀ, ਇਹ ਸਮਝਿਆ ਜਾ ਰਿਹਾ ਸੀ, ਪਰ ਉਸ 'ਚ ਵੀ ਉਹ ਕਾਮਯਾਬ ਨਹੀਂ ਰਹੇ ਅਤੇ ਵਿਧਾਨ ਸਭਾ ਦੇ ਆਗੂ ਵਜੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ। ਹਮੇਸ਼ਾ ਤੋਂ ਅਕਾਲੀਆਂ ਦੇ ਧਰਨੇ ਜਿਹੜੇ ਵੀ ਰਹੇ ਨੇ ਪੰਜਾਬ ਸਰਕਾਰ ਨੂੰ, ਭਾਵੇਂ ਘੇਰਨਾ ਹੋਵੇ ਵਿਧਾਨ ਸਭਾ 'ਚ ਜਾਂ ਫਿਰ ਬਾਹਰ, ਹਮੇਸ਼ਾ ਤੋਂ ਇਹ ਪਰਮਿੰਦਰ ਸਿੰਘ ਢੀਂਡਸਾ ਨੇ ਸਾਥ ਦਿੱਤਾ, ਸੁਖਬੀਰ ਸਿੰਘ ਬਾਦਲ ਦਾ, ਬਿਕਰਮਜੀਤ ਸਿੰਘ ਮਜੀਠੀਆ ਦਾ, ਪਰ ਵਿਧਾਨ ਸਭਾ ਦੇ ਆਗੂ ਵਜੋਂ ਅਸਤੀਫਾ ਦਿੱਤਾ ਹੈ। ਹਾਲਾਂਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨਾਲ ਵੀ ਸਾਡੀ ਗੱਲਬਾਤ ਹੋਈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਪ੍ਰੋਸੈਸ ਹੈ, ਜੋ ਚਾਹੁੰਦੇ ਨੇ ਅਸਤੀਫਾ ਦੇਣਾ ਤਾਂ ਪ੍ਰਵਾਨ ਕੀਤਾ ਗਿਆ, ਇਹਦੇ 'ਚ ਕੋਈ ਹਰਜ ਵੀ ਨਹੀਂ ਹੈ, ਪਾਰਟੀ 'ਚ ਕੋਈ ਬਗਾਵਤ ਨਹੀਂ ਹੈ, ਸਭ ਕੁਝ ਠੀਕ ਹੈ ਪਾਰਟੀ ਦੇ ਵਿੱਚ। ਵਿਧਾਨ ਸਭਾ ਦੇ ਆਗੂ ਵਜੋਂ ਅਸਤੀਫਾ ਫਿਲਹਾਲ ਉਹਨਾਂ ਦਾ ਪ੍ਰਵਾਨ ਹੋ ਚੁੱਕਿਆ ਹੈ। ਹੁਣ ਢੀਂਡਸਾ ਨੇ ਹਾਲਾਂਕਿ ਇਸ ਮੁਤਾਲਿਕ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਹੈ, ਨਾ ਹੀ ਵੱਡੇ ਢੀਂਡਸਾ ਇਸ ਮਸਲੇ 'ਤੇ ਬੋਲਦੇ ਨਜ਼ਰ ਆਏ।
पर सुखबीर सिंह बादल ने प्रवान किया अस्तीफा, इसकी पुष्टि भी दलजीत सिंह चीमा वालों की गई है। हालांकि कई बार विरोधियों वालों कहा गया कि पिता की तरह जड़े बेटे ने, यानी कि सुखदेव सिंह ढींडसा दे बेटे परमिंदर सिंह ढींडसा जड़े पंजाब के सबका खजाना मंत्री भी रह चुके हैं, कयास लाए जा रहे थे कि ये भी बगावत कर सकते हैं पार्टी तो, क्योंकि दूरियां बना दी सी वो लगातार जारी रही। विधानसभा श्रोमणी अकाली दल के विधायक दल के आगू के वजो तो पंजाब के सबका खजाना मंत्री परमिंदर सिंह ढींडसा वालों पार्टी अलविदा कहने लैके चर्चावां काफ़ी लंबे वरे तो चलती आ रही थी, क्योंकि सुखदेव सिंह ढींडसा की भी नाराजगी जड़ी है वो तो काफ़ी ज़्यादा रही है अजे तक, तो टकसालिया नाल जड़ी नेड़ता इन्हां दे पिता की वह भी चर्चा का विषय रही है। पर दूजे पासे परमिंदर सिंह ढींडसा ने अस्तीफा दिता है जड़ा प्रवान भी हो चुके हैं। परमिंदर सिंह ढींडसा हालांकि इस पूरे मुद्दे पर खामोश से चुप से सब कुछ देख रहे थे, उन्होंने जड़े पिता ने राज्यसभा मैंबर सुखदेव सिंह ढींडसा लगातार उन्होंने वालों भी दावा किया जा रहा है कि उन्होंने बेटे ने जड़े, यानी कि सबका खजाना मंत्री पंजाब परमिंदर सिंह ढींडसा जड़े ने वो पार्टी छड़न दियां तैयारियां च ने, क्योंकि उन्होंने जो पूछा गया कि वह किदे नाल है उन्होंने कहा कि मेरा बेटा मेरे नाल है, घट शब्दों से जवाब से पर वो जड़ा जवाब से वो अपने आप से एक वड्डा जवाब से, वो पार्टी नू जवाब सी, सुखबीर सिंह बादल नू जवाब सी, ते सुखबीर सिंह बादल ने हालांकि अस्तीफा जड़ा उन्हां दा प्रवान भी किया है, क्योंकि अकाली दल दे जिन्हें भी अजे तक समागम हुए ने उन्हां दे विच परमिंदर सिंह ढींडसा मौजूद नहीं सी, जिसनू लैके हमेशा तो ही संकेत लग रहे सी कि आने वाले समय च परमिंदर सिंह ढींडसा वालों कोई वड्डा फैसला लिया जा सकता है, जिवें कि सुखदेव सिंह ढींडसा वालों लिया गया सी। पार्टी ना नाराजगी हमेशा तो ही रही, क्योंकि तो जदों तो बेअदबी का मामला उठाया उस तो बाद लगातार सुखदेव सिंह ढींडसा भी पार्टी तो अलग चलते नज़र आए। सुखबीर सिंह बादल ने अस्तीफा जड़ा प्रवान किया है। हालांकि परमिंदर सिंह ढींडसा ने अकाली दल दे प्रधान दे चोण दे वेले हालांकि शमूलियत नहीं की थी, उस समय भी समझा जा रहा है कि अमृतसर च उन्हां दी गैर हाजरी किते ना किते आने वाले समय च एक वड्डे तूफान वल इशारा करती है। विधानसभा दे आगू वजो अस्तीफा दिता उन्हां वल्लों परमिंदर सिंह ढींडसा पंजाब के सबका खजाना मंत्री भी रह चुके हैं, तो लंबिया सेवावान अजे तक ये दे चुके हैं। हालांकि पार्टी तो अलविदा नहीं किया है, पर विधानसभा के आगू वजो अस्तीफा दिता है। अंकुश कोहली साढ़े पत्रकार साढ़े जुड़े रहे, अंकुश वड्डी खबर विखा रहे दर्शकों, फिलहाल परमिंदर सिंह ढींडसा जिहड़े पंजाब के खजाना मंत्री रह चुके हैं उन्होंने वालों वड्डा फैसला लिया गया, किस अंदाज च इहनूं वेख्या जाए? एक वड्डे कदावर नेता अकाली दल दे जिहड़े अगर गल की जाए जब अकाली दल की सरकार सी पिछे तो उस फाइनांस मिनिस्टर रह चुके ने, तो एडे कदावर नेता का जिहड़ा अस्तीफा दिता गया, पहला जिहड़े फर्क पे आपस जिहड़े फासले पे उस तो बाद जिहड़ा अस्तीफा अज जिहड़ा स्वीकार कर लिया गया सुखबीर सिंह बादल वालों, तो एक वड्डी हलचल जिहड़ी है सियासी गलियारिया च गरमाहट लियाती है इस जिहड़ा अस्तीफे जिहड़ी मंजूरी हुई है। गलबात की जाए उस तो पहले भी सुखदेव सिंह ढींडसा जिहड़े परमिंदर ढींडसा के फादर है जिहड़े राज्यसभा के एम पी भी रहे ने, तो उन्होंने
ने गल की जाए उन्होंने भी जब अकाली दल टकसाली वाल अपना रुख किया उन्होंने जिहड़ियां अकाली दल के जो 100 साल पूरे हुए थे उन्होंने मंचां सांझियां कीतियां तो उस वेले भी जिहड़ी हैगी आ गलबात चल पई सी गल्लां उठनियां शुरू हो गई सी सियासी गलियारिया च कि क्या परमिंदर सिंह ढींडसा जिहड़ा हैगा वह छड्ड देणगे अकाली दल और क्या अकाली दल सुखबीर सिंह बादल जिहड़े उनके प्रधान ने वह इस्तीफा स्वीकार कर लैणगे अगर परमिंदर सिंह ढींडसा इस्तीफा देंदे है तो अज आखिरकार परमिंदर सिंह ढींडसा का इस्तीफा सुखबीर सिंह बादल ने लै लिया जिस कारण अकाली दल च वड्डे फेरबदल देखे जा रहे हैं तो नाल पंजाब दे सियासत च बहुत ज़्यादा गर्माहट सामने आ रही है जी बिल्कुल जे संगरूर की गल करिए लहरा गागा की गल करिए एक वड्डे चेहरे के तौर पर हमेशा परमिंदर सिंह ढींडसा नूं वेख्या जांदा है तो लोग सभा चुनावों के भी चोणों के भी इन्हों मौका दिता गया समझे जा रहा है कि इन्हों टिकट नहीं भी मिलता पर जी नाराजगी सी ढींडसा परिवार की वो लगातार जाहिर होंदी नजर आई तो सुखबीर सिंह बादल वालों इन्हों मौका दिता गया हालांकि हार गए सा तो फिलहाल समझा जाए कि एक संगरूर हल्के तो एक अकालिया एक बिल्कुल ब्लैंक स्पेस मिलता नजर आ रहा है एक वड्डी कटौती के तौर पर वेखण मिलेगा आने वाले समय च जी बिल्कुल गल की जाए ढींडसा परिवार पहले ही थोड़ा बागी हुंदा नज़र आ रहा है जिवें से पहला भी तुहानूं दस्सिया जद अकाली दल अपने शताब्दी वर्ष मना रहा सीगा 100वीं वरियागंढ मना रहा सी ते उस वेले भी जिवें अलग टकसाली दी मंच ते ओह गए सुखदेव सिंह ढींडसा हालांकि परमिंदर सिंह ढींडसा की गल की जाए तो ना वह श्रोमणी अकाली दल दे जिहड़े स्टेज ते आए सीगे ते ना उधर टकसाली वल गए सीगे लेकिन कयास लगाए जा रहे सीगे सोचे इह सारे गल्लां कर रहे सी कि परमिंदर सिंह ढींडसा दोनों साइड नहीं आए है मंच दोनों पासे नहीं सांझा कीता आने वाले टाइम चो किधर रहेंगे क्या श्रोमणी अकाली दल वल रहेंगे या श्रोमणी दल अकाली दल टकसाली वल चल जाएंगे जिवें सुखदेव सिंह ढींडसा उन्होंने फादर चले गए हैं तो आखिरकार जिवें उन्होंने इस्तीफा दिता और सब तो वड्डी गल हैगी है कि सुखबीर सिंह बादल ने जिहड़े प्रधान ने श्रोमणी अकाली दल दे उन्होंने इस्तीफा मंजूर भी कर लिया तो उन्होंने की इहो जिहे मतभेद आपसी हो गए क्यों वह सुलझ नहीं पाए आपस च यह वड्डे सवाल पैदा होंदे ने जी बिल्कुल काफ़ी ज़्यादा नेड़ता सी इन्हां दी बिक्रमजीत सिंह मजीठिया नाल धरनियां च हमेशा अगवाई करते नज़र आए सरकार नूं घेरना होवे हमेशा तो परमिंदर सिंह ढींडसा वालों एक शुरुआत रही है मुख तौर पर चेहरा यह भी रहे ने किस अंदाज नाल वेख्या जाए तो किन्ना क वड्डा लॉस होगा हालांकि अकाली कह रहे हैं कि कोई इस तरह नाराजगी वाली गल नहीं है सवाल मेरा यह है कि आने वाले समय चो पार्टी नूं पूरी तरह नाल अलविदा भी कह सकते हैं या फिर एक अहुदे नूं लैके उन्होंने स्पेस दिता हैगा जी देखना यह होगा कि पहला तो जिवें परमिंदर सिंह ढींडसा का साफ नहीं हो पा रहा है जिवें पहला भी दस्या तो हूँ जो साफ हो गया और उनका इस्तीफा भी मंजूर हो गया तो कितना कि श्रोमणी अकाली दल में वड्डा झटका है जरूर है क्योंकि जब भी कोई कदावर नेता जो छड के जाता है कोई भी ऑर्गेनाइजेशन हो कोई पार्टी हो झटका जरूर लगता है लॉस जरूर होंदा है लेकिन हुण इस लॉस की भरपाई श्रोमणी अकाली दल किवें कर पाती है और की परमिंदर सिंह ढींडसा नूं इन फ्यूचर वह वापस लियाण की कोशिश जिहड़े करन दा कोई श्रोमणी अकाली दल चो जिहड़ा हैगा है वह हिम्मत करता है नहीं करता है सारे देखण वाले सवाल होणगे और हुण अगे जिहड़ा गल कीती जावे परमिंदर सिंह ढींडसा की अगली रणनीति क्या होवेगी राजनीति च की करनगे अगे की वह अकाली दल के अगेंस्ट अपने सुर चक्कणगे या नहीं चक्कणगे या शांत हो के साइड वाइज अपने पोलीटिकल जीवन जिहड़ा अगे चलाणगे इह बिल्कुल साढ़े नाल जुड़े रहो अंकुश तुसी अनमोल गुलाटी भी साढ़े नाल जुड़ चुके हैं अनमोल परमिंदर सिंह ढींडसा लैके वड्डी खबर विखा रहे हैं उन्होंने इस्तीफा दिता है किस अंदाज च वेख्या जाए तो दूजी चीज़ है कि वाकई समझा जाए कि टकसैलियां वल रुझान वधे जिवें कि इन्हां दे पिता का वाधा नज़र आया उस करके इन्हां दी भी विचारधारा अकालियां तो हट के उत्थे शिफ्ट हुई है या फिर बेअदबी के मामले च अकालियां का एक रोल हमेशा तो ही सस्पैक्टफुल रहा है उस करके भी बिल्कुल अमर जिवें कि तुसीं कहा कि जिस तरीके दे नाल परमिंदर ढींडसा दा अपने पिता जी वांग जिहड़ा की है आइडियोलॉजी नूं लैके शायद रुझान टकसालियां वल हो चुका है तो उन्होंने लैके ही शायद यह जिहड़ा की है इस्तीफा जिहड़ा की है दिता गया सीगा परमिंदर ढींडसा वालों ते अज जिहड़ा की है सुखबीर सिंह बादल वालों यह इस्तीफा जिहड़ा की है परमिंदर ढींडसा दा जिहड़े की श्रोमणी अकाली दल तो राज्य सभा मैंबर ने इन्हों का इस्तीफा जिहड़ा की है कबूल लिता गया सुखबीर सिंह बादल वालों ते दलजीत चीमा वालों पार्टी के आगू दलजीत चीमा वालों स्पेशली इस चीज़ नूं ट्वीट करके इस चीज़ की पुष्टि की गई है ते कितना कितना कहा जा सकता है कि जिस तरीके दे नाल एक बागी धड़ा जिहड़ा की है बनता जा रहा सीगा ते परमिंदर ढींडसा भी उस बागी धड़े दे विच हुण हो सकदा कि शामिल होंदे नजर आन क्योंकि अपने पिता जी की आइडियोलॉजी नूं फॉलो करते हुए नजर आएंगे शायद हुण परमिंदर ढींडसा क्योंकि काफ़ी जिहड़े की आरोप लगते आए हैं लंबे समय तो श्रोमणी अकाली दल के अपनी आइडियोलॉजी नूं हुण भुलदे जा रहे हैं तो हो सकता आइडियोलॉजी की
ਇਸ਼ੂ ਨੂੰ ਲੈ ਕੇ ਜਿਹੜਾ ਕਿ ਪਰਮਿੰਦਰ ਢੀਂਡਸਾ ਵੱਲੋਂ ਜਿਹੜਾ ਕਿ ਰੈਜ਼ਿਗਨੇਸ਼ਨ ਦਿੱਤਾ ਗਿਆ ਉਹਨੂੰ ਅੱਜ ਐਕਸੈਪਟ ਕਰ ਲਿੱਤਾ ਗਿਆ। ਹੁਣ ਵੇਖਿਆ ਵੇਖਣਾ ਹੋਵੇਗਾ ਕਿ ਜਿਹੜਾ ਕਿ ਹੁਣ ਨਵਾਂ ਧੜਾ ਬਣ ਰਿਹਾ ਟਕਸਾਲੀ ਅਕਾਲੀ ਇਹ ਕਿੰਨਾ ਕੁ ਸਟਰੈਂਥਨ ਹੁੰਦਾ ਹੈ ਤੇ ਨਾਲ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਇਸਤੀਫੇ ਦਾ ਕੀ ਕੁਝ ਫਰਕ ਪੈਂਦਾ ਨਜ਼ਰ ਆਉਂਦਾ ਜੀ ਅਮਰ? ਯਾਨੀ ਕਿ ਸਮਝੀਏ ਅਨਮੋਲ ਕਿ ਜੇ ਟਕਸਾਲੀਆ ਵੱਲ ਜਾਂਦੇ ਨੇ ਕੋਈ ਵੱਡਾ ਫੈਸਲਾ ਲੈਂਦੇ ਨੇ ਆਉਣ ਵਾਲੇ ਸਮੇਂ ਚ ਤਾਂ ਉਸ ਚ ਤਾਜੁਬ ਨਹੀਂ ਹੋਣਾ ਕੋਈ ਵੀ? ਬਿਲਕੁਲ ਅਮਰ, ਜੇ ਇਹੋ ਜਿਹਾ ਕੋਈ ਫੈਸਲਾ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਲਿੱਤਾ ਜਾਂਦਾ ਹੈ ਤਾਂ ਬਿਲਕੁਲ ਇਸ ਚੀਜ਼ ਦੇ ਉੱਤੇ ਕੋਈ ਆਸ਼ਚਰਿਆ ਨਹੀਂ ਜਤਾਇਆ ਜਾ ਸਕਦਾ, ਕਿਉਂਕਿ ਆਈਡੀਓਲੋਜੀ ਦੀ ਗੱਲ ਮੇਨ ਗੱਲ ਆਈਡੀਓਲੋਜੀ ਦੀ ਇੱਥੇ ਆ ਰਹੀ ਹੈ ਤੇ ਆਪਣੇ ਪਿਤਾ ਜੀ ਦੀ ਆਈਡੀਓਲੋਜੀ ਨੂੰ ਸ਼ਾਇਦ ਫਾਲੋ ਕਰਦੇ ਹੋਏ ਪਰਮਿੰਦਰ ਢੀਂਡਸਾ ਵੀ ਟਕਸਾਲੀ ਅਕਾਲੀ ਵੱਲ ਜ਼ਰੂਰ ਮੂਵ ਕਰ ਸਕਦੇ ਨੇ ਤੇ ਨਾਲ ਦੇ ਨਾਲ ਜਿਸ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਵੱਲੋਂ ਇਹ ਟਕਸਾਲੀ ਇੱਕ ਜਿਹੜਾ ਕਿ ਟਕਸਾਲੀ ਵੱਲ ਜਾਣਾ ਗਏ ਸੀਗੇ ਇਹਨਾਂ ਦੇ ਪਿਤਾ ਜੀ ਵੀ ਤਾਂ ਉੱਥੇ ਵੀ ਆਈਡੀਓਲੋਜੀ ਦੀ ਗੱਲ ਸੀਗੀ, ਕਿਉਂਕਿ ਕਿਤਨਾ ਕਿਤੇ ਕਿਹਾ ਜਾ ਰਿਹਾ ਕਿ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਈਡੀਓਲੋਜੀ ਹੈ ਉਹ ਕਿਤੇ ਨਾ ਕਿਤੇ ਆਪਣੀ ਪਾਰਟੀ ਖੋਂਦੀ ਜਾ ਰਹੀ ਹੈ, ਜਿਹਦੇ ਕਰਕੇ ਇਹ ਪਾਰਟੀ ਤੋਂ ਜਿਹੜੇ ਕੁਝ ਲੋਕ ਸੀ ਉਹ ਬਾਗੀ ਹੋਏ ਤੇ ਉਹਨਾਂ ਨੇ ਟਕਸਾਲੀ ਅਕਾਲੀ ਇੱਕ ਨਵਾਂ ਧੜਾ ਬਣਾਇਆ ਤੇ ਹੁਣ ਕਿਹਾ ਜਾ ਸਕਦਾ ਕਿ ਜੇਕਰ ਪਰਮਿੰਦਰ ਸਿੰਘ ਢੀਂਡਸਾ ਟਕਸਾਲੀ ਅਕਾਲੀ ਵੱਲ ਜਾਂਦੇ ਨੇ ਤਾਂ ਇਹਦੇ ਵਿੱਚ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ। ਬਿਲਕੁਲ ਅੰਕੁਸ਼, ਦੂਜੇ ਪਾਸੇ ਜਿਹੜਾ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ, ਸੁਖਦੇਵ ਸਿੰਘ ਢੀਂਡਸਾ ਤੋਂ ਇਹਦੀ ਸ਼ੁਰੂਆਤ ਹੋਈ ਸੀ, ਅਸਲ ਤੌਰ ਤੇ ਜੇ ਦੇਖਿਆ ਜਾਵੇ ਤਾਂ ਬਗਾਵਤ ਦੇ ਸੁਰ ਉਹਨਾਂ ਨੇ ਅਖਤਿਆਰ ਕੀਤੇ ਸੀ। ਕਿਹਾ ਜਾਂਦਾ ਸੀ ਲਗਾਤਾਰ ਪਾਰਟੀ ਦੇ ਜਿਹੜੇ ਵੱਡੇ ਸਮਾਗਮ ਹੁੰਦੇ ਨੇ, ਪ੍ਰੋਗਰਾਮ ਹੁੰਦੇ ਨੇ, ਸੁਖਦੇਵ ਸਿੰਘ ਢੀਂਡਸਾ ਨੂੰ ਸੱਦਿਆ ਨਹੀਂ ਜਾਂਦਾ ਜਾਂ ਫਿਰ ਇਗਨੋਰ ਕੀਤਾ ਜਾਂਦਾ। ਵਾਕਈ ਇਸ ਤੋਂ ਸ਼ੁਰੂਆਤ ਅਸੀਂ ਮੰਨੀਏ ਜਾਂ ਫਿਰ ਕਾਰਨ ਕੁਝ ਹੋਰ ਹੈ, ਆਈਡੀਓਲੋਜੀ 'ਚ ਫਰਕ ਆਇਆ, ਸ਼ਾਇਦ ਇਹ ਕਾਰਨ ਹੋ ਸਕਦਾ? ਬਿਲਕੁਲ, ਗੱਲ ਕਰੀਏ ਤਾਂ ਜਦ ਸੋਮੀ ਵਰਿਆਂਗੰਢ ਮਨਾਈ ਜਾ ਰਹੀ ਸੀ ਅਕਾਲੀ ਦਲ ਦੀ ਤਾਂ ਜਦ ਇਹ ਸਵਾਲ ਪੁੱਛੇ ਗਏ ਸੀਗੇ, ਸੁਖਬੀਰ ਸਿੰਘ ਬਾਦਲ ਨੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਇਹ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀਗਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੈਗੀ ਹੈ ਉਹਨੂੰ ਸਿੱਖ ਪੰਥ ਨਾਲ ਕੋਈ ਲਾਗ ਲਗਾਵ ਨਹੀਂ ਹੈ, ਉਹ ਸਿਰਫ ਰਾਜਨੀਤਿਕ ਲਾਭ ਲੈਣ ਲਈ ਇੱਕ ਅਲੱਗ ਪਾਰਟੀ ਬਣੀ ਹੈਗੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਦ ਵੀ ਸਿੱਖ ਪੰਥ ਨੂੰ ਲੋੜ ਪੈਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਖੜਦਾ ਹੈ। ਉਹਨਾਂ ਨੇ ਕਹਿਣਾ ਚਾਹੇ ਕਿਸੇ ਵੀ ਸੂਬੇ 'ਚ, ਚਾਹੇ ਦੇਸ਼ 'ਚ, ਚਾਹੇ ਵਿਦੇਸ਼ 'ਚ, ਜਦ ਵੀ ਸਿੱਖ ਪੰਥ ਦੇ ਲੋਕਾਂ ਲਈ ਕੁਛ ਗਲਤ ਹੋਇਆ ਹੈ ਤਾਂ ਉਸਦੀ ਅਗੇਂਸਟ ਅਗਰ ਆਵਾਜ਼ ਬੁਲੰਦ ਕੀਤੀ ਹੈ ਤਾਂ ਆਵਾਜ਼ ਬੁਲੰਦ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਹਮਣੇ ਖੜਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਿਰਫ਼ ਰਾਜਨੀਤਿਕ ਲਾਭ ਲੈਣ ਲਈ ਪਾਰਟੀ ਬਣੀ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਜਿਹੜਾ ਉੱਧਰ ਜਾ ਰਹੇ ਨੇ ਅਤੇ ਉਹਨਾਂ ਦਾ ਗਲਤ ਫੈਸਲਾ ਹੈਗਾ ਕਿਤੇ ਨਾ ਕਿਤੇ ਅਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ ਉਹ ਉੱਧਰ ਜਾ ਵੀ ਰਹੇ ਨੇ ਤਾਂ ਉਸਦਾ ਕੋਈ ਖਾਸ ਪ੍ਰਭਾਵ ਨਹੀਂ ਪਏਗਾ ਕਿਉਂਕਿ ਜਨਤਾ ਜਾਣਦੀ ਹੈਗੀ ਹੈ ਕਿ ਅਗਰ ਸਿੱਖ ਪੰਥ ਦੀ ਔਰ ਅਗਰ ਪੰਜਾਬ ਦੀ ਆਵਾਜ਼ ਚੱਕਣ ਲਈ, ਪੰਜਾਬ ਦੇ ਹਿੱਤਾਂ ਦੀ ਆਵਾਜ਼ ਚੱਕਣ ਲਈ ਕੋਈ ਪਾਰਟੀ ਹੈਗੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ, ਕਹਿਣਾ ਸੀਗਾ ਸੁਖਬੀਰ ਸਿੰਘ ਬਾਦਲ ਦਾ। ਜੀ ਅਮਰ, ਬਿਲਕੁਲ ਅੰਕੁਸ਼, ਦੂਜੇ ਪਾਸੇ ਹੁਣ ਸ਼ਰਨਜੀਤ ਸਿੰਘ ਢਿੱਲੋਂ ਦੀ ਗੱਲ ਕਰੀਏ, ਇਹ ਵੀ ਸੀਨੀਅਰ ਆਗੂ ਨੇ ਪਾਰਟੀ ਦੇ ਤੇ ਕਾਫੀ ਧਰਨੇ ਪ੍ਰਦਰਸ਼ਨਾਂ 'ਚ ਇਹ ਵੀ ਨਜ਼ਰ ਆਏ ਨੇ ਮੁੱਖ ਤੌਰ ਤੇ, ਪਰ ਜਿਹੜਾ ਢੀਂਡਸਾ ਦਾ ਰਿਪਲੇਸਮੈਂਟ ਹੈਗਾ ਇੱਕ ਪ੍ਰਮੁੱਖ ਤੌਰ ਤੇ ਵੱਡਾ ਚਿਹਰਾ ਸ਼ਰਨਜੀਤ ਢਿੱਲੋਂ ਦੇ ਤੌਰ ਤੇ ਦੇਖ ਸਕਦੀ ਹੈ ਅਕਾਲੀ? ਜੀ ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਕੋਲ ਜਿਵੇਂ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਵੱਡੇ ਚਿਹਰੇ ਹੈਗੇ ਆ ਅਤੇ ਰਿਪਲੇਸਮੈਂਟ ਕਰਨ ਦੀ ਕੋਸ਼ਿਸ਼ ਤਾਂ ਹੁਣ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਕਰੇਗੀ, ਇਹ ਕਿਆਸ ਲਗਾਏ ਜਾ ਸਕਦੇ ਨੇ, ਔਰ ਕਿਉਂਕਿ ਉਹਨਾਂ ਨੇ ਹੁਣ ਜਦੋਂ ਅਸਤੀਫਾ ਮਨਜ਼ੂਰ ਕਰ ਹੀ ਲਿਆ ਹੈ ਤਾਂ ਉਹਨਾਂ ਦੀ ਰਿਪਲੇਸਮੈਂਟ ਜ਼ਰੂਰ ਹੋਵੇਗੀ, ਇਹ ਸਿੱਧੇ ਤੌਰ 'ਤੇ ਕਿਹਾ ਜਾ ਸਕਦਾ ਹੈ। ਜੀ ਅਮਰ, ਬਿਲਕੁਲ ਅਨਮੋਲ, ਦੂਜੇ ਪਾਸੇ ਮਨਾਉਣ ਦੀ ਕਵਾਇਤ ਹਾਲਾਂਕਿ ਜਾਰੀ ਵੀ ਰਹੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪੂਰੇ ਮੈਟਰ ਤੋਂ ਹੀ ਆਪਣੇ ਆਪ ਨੂੰ ਪਿੱਛੇ ਰੱਖਿਆ, ਹਾਲਾਂਕਿ ਕਈ ਵਾਰ ਗੱਲਬਾਤ ਵੀ ਹੋਈ ਹੈ, ਪਰ ਸਾਫ਼ ਤੌਰ 'ਤੇ ਚੰਗਾ ਹੁੰਦਾ ਬਾਦਲ ਪਰਿਵਾਰ ਦੇ ਲਈ ਜੇ ਸਿੱਧਾ ਸੁਖਦੇਵ ਸਿੰਘ ਢੀਂਡਸਾ ਨੂੰ ਅਪਰੋਚ ਕਰਦੇ, ਕਿਉਂਕਿ ਹਮੇਸ਼ਾ ਤੋਂ ਪਰਮਿੰਦਰ ਸਿੰਘ ਢੀਂਡਸਾ ਨਾਲ ਇਹਨਾਂ ਦੀ ਗੱਲਬਾਤ ਰਹੀ ਹੈ, ਉਹਨਾਂ ਨੂੰ ਹਾਲਾਂਕਿ MP ਇਲੈਕਸ਼ਨ ਦੇ ਵਿੱਚ ਵੀ ਮੌਕਾ ਦਿੱਤਾ ਗਿਆ, ਜੇ ਸੁਖਦੇਵ ਸਿੰਘ ਢੀਂਡਸਾ ਨਾਲ ਸਿੱਧਾ ਗੱਲਬਾਤ ਰਹਿੰਦੀ ਤਾਂ ਅੱਜ ਇੱਕ ਵੱਡਾ ਚਿਹਰਾ ਜਿਹੜਾ ਹੈ ਪਰਮਿੰਦਰ ਸਿੰਘ ਢੀਂਡਸਾ ਦੇ ਤੌਰ 'ਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਉਹ ਪਾਰਟੀ ਦੇ ਇਸ ਅਹੁਦੇ ਤੋਂ ਅਸਤੀਫਾ ਨਾ ਦਿੰਦਾ? ਬਿਲਕੁਲ ਅਮਰ, ਕਿਹਾ ਜਾ ਸਕਦਾ ਹੈ ਕਿ ਜੇਕਰ ਸਭ ਤੋਂ ਪਹਿਲਾਂ ਸਮਝਣਾ ਹੋਵੇਗਾ ਇਹਦੇ ਵਿੱਚ ਜਿਹੜਾ ਕਨਫਲਿਕਟ ਹੋਇਆ, ਕਿਉਂਕਿ ਅਸੀਂ ਕਹਿ ਰਹੇ ਹਾਂ ਬਾਰ ਬਾਰ ਕਿ ਆਈਡੀਓਲੋਜੀ ਦੀ ਗੱਲ, ਲੇਕਿਨ ਇਹਦੇ ਵਿੱਚ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਦੋ ਜਿਹੜੀ ਕਿ ਸੋਚ ਵੱਖਰੀ ਵੱਖ ਵੱਖ ਸੋਚ ਆਉਂਦੀ ਹੈ ਉਸ ਸੋਚ ਦੇ ਵਿੱਚ ਕਨਫਲਿਕਟ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਜੋਕਰ ਪਰਮਿੰਦਰ ਸਿੰਘ ਢੀਂਡਸਾ ਸਮਝਦੇ ਨੇ ਜਿਸ ਆਈਡੀਓਲੋਜੀ ਨਾਲ ਪਾਰਟੀ ਚੱਲਣੀ ਚਾਹੀਦੀ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਅਕੋਰਡਿੰਗ ਹੀ ਉਹਨਾਂ ਦੀ ਆਈਡੀਓਲੋਜੀ ਨੂੰ ਹੀ ਸਾਰੇ ਫੋਲੋ ਕਰਨ ਤਾਂ ਪੁਆਇੰਟ ਆਫ ਵਿਊ ਜਿਹੜਾ ਕੀ ਹੈ ਹਰ ਕਿਸੇ ਦਾ ਆਪਣਾ ਵੱਖੋ ਵੱਖ ਹੁੰਦਾ, ਜਿਹਦੇ ਕਰਕੇ ਹੋ ਸਕਦਾ ਕਿ ਇਹ ਜਿਹੜਾ ਕਿ ਅਸਤੀਫਾ ਜਿਹੜਾ ਕਿ ਦਿੱਤਾ ਗਿਆ ਤੇ ਨਾਲ ਦੇ ਨਾਲ ਹੁਣ ਤਾਜ਼ਾ ਜਾਣਕਾਰੀ ਜਿਹੜੀ ਕਿ ਆਈ ਹੈ ਡਾਕਟਰ ਦਲਜੀਤ ਚੀਮਾ ਵੱਲੋਂ ਇਹ ਟਵੀਟ ਕੀਤਾ ਗਿਆ ਕਿ ਇਸ ਸੁਖਬੀਰ ਸਿੰਘ ਬਾਦਲ ਹੈਜ਼ ਅਨਾਊਂਸਡ ਦੈਟ ਐਸ ਸ਼ਰਨਜੀਤ ਸਿੰਘ ਢਿੱਲੋਂ ਫਾਰਮਰ ਕੈਬਨਿਟ ਮਿਨਿਸਟਰ ਵਿਲ ਬੀ ਦਾ ਨਿਊ ਲੀਡਰ ਆਫ ਦਾ ਹਾਊਸ ਇਨ ਦਾ ਵਿਧਾਨ ਸਭਾ, ਤੇ ਕਿਤੇ ਨਾ ਕਿਤੇ ਰਿਪਲੇਸਮੈਂਟ ਦੀ ਜਿਹੜੀ ਕਿ ਗੱਲ ਕੀਤੀ ਜਾ ਰਹੀ ਸੀਗੀ। ਬਿਲਕੁਲ ਵੱਡੀ ਖਬਰ ਦਿਖਾ ਰਹੇ ਹੈ
ਸ਼ਰਨਜੀਤ ਸਿੰਘ ਢਿੱਲੋਂ ਨੂੰ ਫਿਲਹਾਲ ਇਹ ਮੌਕਾ ਦਿੱਤਾ ਗਿਆ ਢੀਂਡਸਾ ਦਾ ਰਿਪਲੇਸਮੈਂਟ ਜਿਹੜਾ ਹੈ ਉਹ ਮਿਲ ਚੁੱਕਿਆ ਹੈ ਅਤੇ ਸ਼ਰਨਜੀਤ ਸਿੰਘ ਢਿੱਲੋਂ ਅਨਮੋਲ ਗੁਲਾਟੀ ਸਾਡੇ ਪੱਤਰਕਾਰ ਦੱਸ ਰਹੇ ਸੀ ਪ੍ਰਮਾਣਤ ਅਸਤੀਫਾ ਹੋਇਆ ਅਤੇ ਸ਼ਰਨਜੀਤ ਢਿੱਲੋਂ ਇੱਕ ਵੱਡੇ ਚਿਹਰੇ ਦੇ ਤੌਰ 'ਤੇ ਹੁਣ ਉਤਾਰੇ ਗਏ ਨੇ ਅੰਕੁਸ਼ ਤੋਂ ਸਵਾਲ ਪੁੱਛਾਂਗਾ ਮੈਂ ਅੰਕੁਸ਼ ਬਿਕਰਮਜੀਤ ਸਿੰਘ ਮਜੀਠੀਆ ਕਿਉਂ ਨਹੀਂ ਪਰਿਵਾਰਵਾਦ ਦਾ ਇਲਜ਼ਾਮ ਲੱਗ ਸਕਦਾ ਸੀ ਇਸ ਕਰਕੇ ਅਤੇ ਦੂਜੀ ਚੀਜ਼ ਸ਼ਰਨਜੀਤ ਢਿੱਲੋਂ ਨੂੰ ਇਸ ਕਰਕੇ ਮੌਕਾ ਦਿੱਤਾ ਗਿਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅਕਾਲੀਆਂ ਨਾਲ ਇਹ ਜੁੜੇ ਰਹੇ ਨੇ ਅਤੇ ਇੱਕ ਸੀਨੀਅਰ ਚਿਹਰਾ ਵੀ ਉਹਨਾਂ ਕੋਲ ਜੀ ਬਿਲਕੁਲ ਗੱਲ ਕੀਤੀ ਜਾਵੇ ਅਮਰ ਤਾਂ ਜਿਹੜੀ ਪਾਰਟੀ ਹੁੰਦੀ ਹੈ ਕੋਈ ਔਰਗਨਾਈਜੇਸ਼ਨ ਹੁੰਦੀ ਆ ਉਸਨੂੰ ਹਰ ਜਿਹੜੇ ਦਾਅ ਪੇਚ ਹੈਗੇ ਆ ਸਿਆਸਤ ਦੇ ਉਹ ਦੇਖਣੇ ਪੈਂਦੇ ਨੇ ਤਾਂ ਕਿ ਉਹਨਾਂ 'ਤੇ ਕੋਈ ਸਵਾਲ ਵਿਪਕਸ਼ੀ ਦਲ ਜਿਹੜੇ ਹੈਗੇ ਨੇ ਜਾਂ ਜਿਹੜੇ ਦੂਸਰੇ ਦਲ ਹੈਗੇ ਨੇ ਉਹ ਨਾ ਚੁੱਕ ਸਕਣ ਅਤੇ ਇਸ ਨੂੰ ਦੇਖਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੂੰ ਅਗਰ ਉਹ ਅੱਗੇ ਕਰਦੇ ਤਾਂ ਜ਼ਰੂਰ ਇਸ ਨੂੰ ਲੈ ਕੇ ਜਿਹੜਾ ਹੈਗਾ ਉਂਗਲੀਆਂ ਉੱਠ ਸਕਦੀਆਂ ਸੀ ਇਸ ਕਰਕੇ ਜ਼ਰੂਰ ਰਿਪਲੇਸਮੈਂਟ ਜਿਹੜੀ ਹੈਗੀ ਹੈ ਕਿਸੇ ਹੋਰ ਨੂੰ ਦੇਖਿਆ ਜਾ ਰਿਹਾ ਜਿਵੇਂ ਚਰਨਜੀਤ ਜੀ ਦਾ ਨਾਮ ਵੀ ਸਾਡੇ ਸਹਿਯੋਗੀ ਨੇ ਦੱਸਿਆ ਅਨਮੋਲ ਜੀ ਨੇ ਕਿ ਉਹਨਾਂ ਦਾ ਨਾਮ ਅੱਗੇ ਆ ਰਿਹਾ ਅਤੇ ਇਸੇ ਕਰਕੇ ਇਹੋ ਜਿਹੇ ਫੈਸਲੇ ਲਏ ਜਾ ਰਹੇ ਨੇ ਜੀ ਵੇਖੋ ਅਨਮੋਲ ਸ਼ਰਨਜੀਤ ਸਿੰਘ ਢਿੱਲੋਂ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਬਾਰੇ ਜਾਣਨਾ ਚਾਹਾਂਗੇ ਅਸੀਂ ਕਿੱਥੇ ਤੋਂ ਇਹਨਾਂ ਦਾ ਤਾਲੁਕ ਹੈਗਾ ਅਤੇ ਰਾਜਨੀਤਿਕ ਪਿਛੋਕੜ ਕੀ ਇਹਨਾਂ ਦਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਹੀ ਕਿਉਂ ਅਤੇ ਹਾਲਾਂਕਿ ਅਕਾਲੀਆਂ ਕੋਲ ਚਿਹਰੇ ਦੀ ਘਾਟ ਨਹੀਂ ਹੈ ਅਕਾਲੀਆਂ ਦੇ ਕੋਲ ਹਾਲਾਂਕਿ ਮਾਲਵੇ ਖੇਤਰ ਤੋਂ ਜਾਂ ਫਿਰ ਦੂਜੇ ਇਲਾਕਿਆਂ ਤੋਂ ਵੀ ਇੱਕ ਵੱਡੇ ਚਿਹਰੇ ਦੀ ਤਲਾਸ਼ ਹਮੇਸ਼ਾ ਤੋਂ ਹੀ ਰਿਪਲੇਸਮੈਂਟ ਦੇ ਲਈ ਕਈ ਚਿਹਰੇ ਰਹੇ ਨੇ ਪਰ ਸਾਫ਼ ਤੌਰ 'ਤੇ ਸ਼ਰਨਜੀਤ ਸਿੰਘ ਢਿੱਲੋਂ ਹੀ ਕਿਉਂ ਸਵਾਲ ਇਹ ਹੈ ਬਿਲਕੁਲ ਅਮਰ ਕਿਉਂਕਿ ਤੁਹਾਡਾ ਸਵਾਲ ਜਿਹੜਾ ਕਿ ਉਹ ਬਿਲਕੁਲ ਵਾਜਿਬ ਹੈ ਕਿਉਂਕਿ ਜੇਕਰ ਪਾਰਟੀ ਦੇ ਅੰਦਰ ਗੱਲ ਕੀਤੀ ਜਾਵੇ ਵੱਡੇ ਚਿਹਰਿਆਂ ਦੀ ਤਾਂ ਕਾਫੀ ਵੱਡੇ ਚਿਹਰੇ ਇਸ ਵੇਲੇ ਪਾਰਟੀ ਦੇ ਅੰਦਰ ਮੌਜੂਦ ਨੇ ਲੇਕਿਨ ਕਿਤੇ ਨਾ ਕਿਤੇ ਕਿਉਂਕਿ ਜੋ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਕਿਤੇ ਨਾ ਕਿਤੇ ਜਿਹੜਾ ਪਰਿਵਾਰਵਾਦ ਹੈ ਉਸ ਚੀਜ਼ ਨੂੰ ਪ੍ਰਮੋਟ ਕਦੇ ਨਹੀਂ ਕਰਦੇ ਜਿਹਦੇ ਕਰਕੇ ਹੋ ਸਕਦਾ ਕਿ ਸ਼ਰਨਜੀਤ ਸਿੰਘ ਢਿੱਲੋਂ ਦਾ ਜਿਵੇਂ ਕਿ ਤੁਸੀਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦਾ ਨਾਂ ਕਿਉਂ ਨਹੀਂ ਸਾਹਮਣੇ ਆਇਆ ਤੇ ਵਿਕਰਮ ਸਿੰਘ ਬਿਲਕੁਲ ਅਨਮੋਲ ਤੁਹਾਨੂੰ ਰੋਕਣਾ ਚਾਹਾਂਗਾ ਸ਼ਰਨਜੀਤ ਢਿੱਲੋਂ ਹੋਣਗੇ ਵਿਧਾਨ ਸਭਾ 'ਚ ਅਕਾਲੀ ਦਲ ਦੇ ਆਗੂ ਮੁੜ ਫਿਰ ਤੋਂ ਤੁਹਾਨੂੰ ਅਪਡੇਟ ਕਰ ਦਿੰਦੇ ਹਾਂ ਹਾਲਾਂਕਿ ਪਹਿਲਾਂ ਦੱਸ ਚੁੱਕੇ ਹਾਂ ਅਸੀਂ ਤੁਹਾਨੂੰ ਸ਼ਰਨਜੀਤ ਢਿੱਲੋਂ ਹੋਣਗੇ ਵਿਧਾਨ ਸਭਾ 'ਚ ਅਕਾਲੀ ਦਲ ਦੇ ਆਗੂ ਅਤੇ ਲਗਾਤਾਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਖਬਰ ਥੋੜ੍ਹੀ ਦੇਰ ਪਹਿਲਾਂ ਟਵੀਟ ਆਇਆ ਦਲਜੀਤ ਸਿੰਘ ਚੀਮਾ ਦਾ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਾ ਸੀਨੀਅਰ ਅਕਾਲੀ ਦਲ ਦੇ ਆਗੂ ਦਾ ਸ਼ਰਨਜੀਤ ਢਿੱਲੋਂ ਹੋਣਗੇ ਵਿਧਾਨ ਸਭਾ 'ਚ ਅਕਾਲੀ ਦਲ ਦੇ ਆਗੂ ਰਾਜਨੀਤਿਕ ਸੰਪਾਦਕ ਸਾਡੇ ਰਮਨੀਤ ਸਿੰਘ ਵਧਵਾ ਸਾਡੇ ਨਾਲ ਜੁੜ ਚੁੱਕੇ ਨੇ ਰਮਨੀਤ ਇਹਨਾਂ ਦਾ ਪ੍ਰੋਫਾਈਲ ਕੀ ਹੈ ਤੇ ਸ਼ਰਨਜੀਤ ਢਿੱਲੋਂ ਹੀ ਕਿਉਂ ਦੇਖੋ ਜਿਵੇਂ ਕਿ ਪਹਿਲਾਂ ਵੀ ਮੈਂ ਜਾਣਕਾਰੀ ਅਮਰ ਦਿੱਤੀ ਸੀ ਆਪਣੇ ਦਰਸ਼ਕਾਂ ਨੂੰ ਕਿ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਕਿ ਸਾਬਕਾ ਕੈਬਨਿਟ ਮੰਤਰੀ ਨੇ ਪਿਛਲੀ ਸਰਕਾਰ ਵੇਲੇ ਵੀ ਮੰਤਰੀ ਰਹੇ ਨੇ ਤੇ ਸਾਹਨੇਵਾਲ ਹਲਕੇ ਤੋਂ ਐਮਐਲਏ ਨੇ ਔਰ ਸੀਨੀਅਰ ਐਮਐਲਏ ਨੇ ਇਸ ਵੇਲੇ ਜਿੰਨੇ ਵੀ ਅਕਾਲੀ ਦਲ ਦੇ 14 ਐਮਐਲਏ ਨੇ ਉਹਨਾਂ 'ਚੋਂ ਸਭ ਤੋਂ ਸੀਨੀਅਰ ਐਮਐਲਏ ਨੇ ਸੋ ਅਜਿਹੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਮ ਦਾ ਐਲਾਨ ਕਰਕੇ ਸੁਖਬੀਰ ਬਾਦਲ ਵੱਲੋਂ ਐਲਾਨ ਹੁਣ ਤੋਂ ਕੁਝ ਕੁ ਮਿੰਟਾਂ ਪਹਿਲਾਂ ਹੀ ਕੀਤਾ ਗਿਆ ਕਿ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਨੇ ਹੁਣ ਵਿਧਾਨ ਸਭਾ ਦੇ ਵਿੱਚ ਪਾਰਟੀ ਦੀ ਜ਼ਿੰਮੇਵਾਰੀ ਨੂੰ ਸਾਂਭਣਗੇ ਸੋ ਨਵੇਂ ਵਿਧਾਇਕ ਦਲ ਦੇ ਆਗੂ ਦਾ ਐਲਾਨ ਜਿਹੜਾ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਹੈ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਕਿ ਸਾਹਨੇਵਾਲ ਤੋਂ ਐਮਐਲਏ ਨੇ ਔਰ ਇੱਕ ਸੀਨੀਅਰ ਆਗੂ ਨੇ ਔਰ ਦੇਖੋ ਜੇ ਗੱਲ ਆਪਾਂ ਜਦੋਂ ਕਹਿੰਦੇ ਹਾਂ ਨਾ ਅਕਾਲੀ ਦਲ ਦੀ ਜਨਰੇਸ਼ਨ ਜਿਹੜੀ ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਜਨਰੇਸ਼ਨ ਤੇ ਹੁਣ ਨਵੀਂ ਅਕਾਲੀ ਦਲ ਦੀ ਜਿਹੜੀ ਗੱਲ ਹੁੰਦੀ ਹੈ ਕਿ ਨੌਜਵਾਨ ਪੀੜ੍ਹੀ ਸ਼ਰਨਜੀਤ ਸਿੰਘ ਢਿੱਲੋਂ ਉਹ ਅਕਾਲੀ ਦਲ ਦੇ ਉਹ ਆਗੂ ਨੇ ਜਿਹੜੇ ਕਿ ਦੋਵੇਂ ਜਨਰੇਸ਼ਨ ਯਾਨੀ ਕਿ ਦੋਵੇਂ ਪੀੜ੍ਹੀਆਂ ਦੇ ਵਿਚਕਾਰ ਕੰਮ ਕਰ ਚੁੱਕੇ ਨੇ ਬਾਦਲ ਸਾਹਿਬ ਨਾਲ ਵੀ ਉਹਨਾਂ ਦੀ ਨੇੜਤਾ ਹੈ ਤੇ ਹੁਣ ਨੌਜਵਾਨ ਵੀ ਉਹਨਾਂ ਨੂੰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪਿਛਲੀ ਸਰਕਾਰ ਵੇਲੇ ਕਈ ਵੱਡੇ ਫੈਸਲੇ ਨੌਜਵਾਨਾਂ ਨੂੰ ਲੈ ਕੇ ਮੰਤਰੀ ਹੁੰਦੇ ਹੋਏ ਉਹਨਾਂ ਵੱਲੋਂ ਲਏ ਗਏ ਸੀ ਸੋ ਇੱਕ ਅਗਾਂਹ ਵਧੂ ਸੋਚ ਵਾਲੇ ਆਗੂ ਨੇ ਜਿਸ ਕਰਕੇ ਇੱਕ ਵੱਡਾ ਫੈਸਲਾ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਵੱਲੋਂ ਲਿਆ ਗਿਆ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅੰਕੁਸ਼ ਕੋਹਲੀ ਲਗਾਤਾਰ ਸਾਡੇ ਨਾਲ ਜੁੜੇ ਨੇ ਅੰਕੁਸ਼ ਸ਼ਰਨਜੀਤ ਸਿੰਘ ਢਿੱਲੋਂ ਤਾਂ ਫਿਲਹਾਲ ਹੁਣ ਅਹੁਦਾ ਸਾਂਭਣਗੇ ਐਲਾਨ ਹੋ ਚੁੱਕਿਆ ਪਰ ਸਵਾਲ ਇੱਕ ਹੋਰ ਵਾਜਬ ਹੈਗਾ 2022 'ਚ ਇਲੈਕਸ਼ਨ ਹੋਣ ਵਾਲੇ ਨੇ ਸਵਾਲ ਇਹ ਹੈ ਕਿ ਹੁਣ ਚੌਥਾ ਫਰੰਟ ਜਿਹਦੀ ਸੁਗਬਗਾਹਟ ਹੁਣ ਵੇਖਣ ਨੂੰ ਮਿਲ ਰਹੀ ਹੈ ਕਿ ਚੌਥਾ ਫਰੰਟ ਇੱਕ ਵੱਡਾ ਚੈਲੰਜ ਲੈ ਕੇ ਆਏਗਾ ਕਿ ਚੌਥੇ ਫਰੰਟ 'ਚ ਢੀਂਡਸਾ ਪਰਿਵਾਰ ਦੀ ਸ਼ਮੂਲੀਅਤ ਕਾਫੀ ਜ਼ਿਆਦਾ ਇੰਪੋਰਟੈਂਟ ਹੋਵੇਗੀ ਜੀ ਬਿਲਕੁਲ ਗੱਲ ਕਰ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵਾਰ ਵਾਰ ਇਹੀ ਕਿਹਾ ਹੈਗਾ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਅਗਰ ਜਿਹੜਾ ਢੀਂਡਸਾ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੈਗਾ ਚਾਹੇ ਉਹ ਕਿਤੇ ਵੀ ਜਾਣ ਜਿਵੇਂ ਟਕਸਾਲੀ ਚੱਲ ਗਏ ਨੇ ਅਤੇ ਹੁਣ ਜਿਵੇਂ ਤੁਸੀਂ ਕਿਹਾ ਜਿਹੜਾ ਚੌਥਾ ਫਰੰਟ ਦੀ ਗੱਲ ਕੀਤੀ ਹੈ ਜਿਵੇਂ ਲੋਕ ਇਨਸਾਫ ਪਾਰਟੀ ਹੈਗੀ ਹੈ ਜਾਂ ਫਿਰ ਹੋਰ ਪਾਰਟੀਆਂ ਹੈ ਉਹ ਮਿਲ ਸਕਦੀਆਂ ਨੇ ਲੇਕਿਨ ਸਿੱਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈਗਾ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਪੁਰਾਣੀ ਪਾਰਟੀ ਹੈਗੀ ਹੈ ਇੱਕ ਪੰਥਕ ਪਾਰਟੀ ਹੈਗੀ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ ਚਾਹੇ ਜਿੰਨੀਆਂ ਮਰਜ਼ੀ ਪਾਰਟੀਆਂ ਅਲੱਗ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਚੁਣਾਵ ਲੜ ਲੈਣ ਔਰ ਉਹਨਾਂ ਦਾ ਕਿਹਾ ਸਾਡੀ ਰਣਨੀਤੀ ਸਾਫ਼ ਹੈਗੀ ਹੈ ਕਿ ਸਾਡਾ ਜਿਹੜਾ ਹੈਗਾ ਉਹਨਾਂ ਨੇ ਕਹਿਣਾ ਦੁਬਾਰਾ ਸਰਕਾਰ 'ਚ ਆਉਣਾ ਤੈਅ ਇਹ ਕਹਿਣਾ ਸੀਗਾ ਦਲਜੀਤ ਸਿੰਘ ਚੀਮਾ ਦਾ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਅਤੇ ਇਸ ਕਰਕੇ ਸਿੱਧੇ ਤੌਰ 'ਤੇ ਉਹਨਾਂ ਦਾ ਕਹਿਣਾ ਕਿ ਕੋਈ ਫਰਕ ਨਹੀਂ ਪੈਂਦਾ ਹਾਲਾਂਕਿ ਲੋਕ ਇਸ ਚੀਜ਼
ਬਿਲਕੁਲ ਅਨਮੋਲ ਵੀ ਲਗਾਤਾਰ ਸਾਡੇ ਨਾਲ ਜੁੜੇ ਨੇ। ਅਨਮੋਲ, ਆਖਰੀ ਸਵਾਲ, ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਗੱਲ ਕਰੀਏ, ਹੁਣ ਜਿੰਨੇ ਵੀ ਖਫਾ ਆਗੂ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਵੇਂ ਟੀਂਡਸਾ ਪਰਿਵਾਰ ਦੇ ਹੋਣ ਜਾਂ ਫਿਰ ਪਹਿਲਾਂ ਦਾ ਕੋਈ ਸਿਆਸੀ ਵੱਡਾ ਚਿਹਰਾ ਹੋਵੇ, ਆਉਣ ਵਾਲੇ ਸਮੇਂ 'ਚ ਇਹ ਮੰਨ ਕੇ ਚੱਲੀਏ ਆਪਾਂ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਚੌਥੇ ਫਰੰਟ ਵੱਲੋਂ। ਜੀ ਬਿਲਕੁਲ ਅਮਰ, ਜੇਕਰ ਗੱਲ ਕੀਤੀ ਜਾਵੇ ਟਕਸਾਲੀ ਗਰੁੱਪ ਦੀ ਤਾਂ ਟਕਸਾਲੀ ਗਰੁੱਪ ਕਿਤੇ ਨਾ ਕਿਤੇ ਆਈਡੀਓਲੋਜੀ ਨੂੰ ਇੱਕ ਮੁੱਦਾ ਬਣਾ ਕੇ ਸ਼ਾਇਦ ਕਿਤੇ ਨਾ ਕਿਤੇ ਇੱਕ ਨਵਾਂ ਫਰੰਟ ਜਿਹੜਾ ਕੀ ਹੈ ਉਹ ਅਕਾਲੀ ਦਲ ਦੇ ਖਿਲਾਫ ਖੜਾ ਕਰਨਾ ਚਾਹੁੰਦੇ ਨੇ। ਜਿਸ ਤਰੀਕੇ ਦੇ ਨਾਲ ਪਰਮਿੰਦਰ ਸਿੰਘ ਢੀਂਡਸਾ ਤੇ ਢੀਂਡਸਾ ਪਰਿਵਾਰ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਵੱਡਾ ਉੱਚਾ ਕਦ ਰੱਖਦੇ ਨੇ, ਲੇਕਿਨ ਉੱਥੇ ਗੱਲ ਕੀਤੀ ਜਾਵੇ ਸ਼ਰਨਜੀਤ ਸਿੰਘ ਢਿੱਲੋਂ ਦੀ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਕਾਫੀ ਪੁਰਾਣਾ ਅਹੁਦਾ ਜਿਹੜਾ ਕੀ ਹੈ, ਜਿਵੇਂ ਕਿ ਨਵਨੀਤ ਜੀ ਦੱਸ ਰਹੇ ਸੀ ਕਿ ਸਾਬਕਾ ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਨੇ ਤੇ ਹੁਣ ਸਾਨੇਵਾਲ ਤੋਂ ਐਮਐਲਏ ਨੇ, ਤੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਹੋਲਡ ਪੰਜਾਬ ਦੇ ਉੱਤੇ ਜ਼ਰੂਰ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਹੋਲਡ ਨਜ਼ਰ ਆਉਂਦਾ। ਤੇ ਜੇਕਰ ਗੱਲ ਕੀਤੀ ਜਾਵੇ ਪਾਰਟੀ ਦੀ ਤਾਂ ਲੋਕੀ ਜਿਹੜੇ ਕਿ ਨੇ, ਜਿਹੜੇ ਕਿ ਪੰਜਾਬ ਦੇ ਲੋਕ ਨੇ, ਉਹ ਕਿਸੇ ਵੀ ਪਾਰਟੀ ਕਿਸੇ ਵੀ ਚਿਹਰੇ ਨੂੰ ਵੋਟ ਨਹੀਂ ਦਿੰਦੇ, ਉਹ ਜੇ ਅਗਰ ਵੋਟ ਦਿੱਤੀ ਜਾਂਦੀ ਹੈ ਤਾਂ ਪਾਰਟੀ ਦੀ ਆਈਡੀਓਲੋਜੀ ਨੂੰ ਵੋਟ ਦਿੱਤੀ ਜਾਂਦੀ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਹਜੇ ਵੀ ਉਹੀ ਆਈਡੀਓਲੋਜੀ ਪ੍ਰਿਵੇਲ ਕਰਦੀ ਆ, ਉਹੀ ਆਈਡੀਓਲੋਜੀ ਐਗਜ਼ਿਸਟ ਕਰਦੀ ਆ ਜਿਹੜੀ ਕਿ ਕਦੇ ਕੀਤੀ ਜਾਂਦੀ ਸੀਗੀ, ਤੇ ਉਸ ਸਮੇਂ ਜਿਹੜਾ ਕਿ ਵੋਟ ਜਿਹੜਾ ਕਿ ਭਰੋਸਾ ਉਸ ਆਈਡੀਓਲੋਜੀ ਨੂੰ ਦੇ ਕੇ ਕੀਤਾ ਗਿਆ ਸੀਗਾ, ਤਾਂ ਬਿਲਕੁਲ ਮੰਨਣ ਵਾਲੀ ਗੱਲ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੀ ਉਸੇ ਤਰੀਕੇ ਦੇ ਨਾਲ 2000 ਆਉਣ ਵਾਲੇ ਜਿਹੜੇ ਕਿ 2022 ਦੇ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਵੋਟ ਪੈਂਦੇ ਨਜ਼ਰ ਆਉਣਗੇ। ਲੇਕਿਨ ਜੇਕਰ ਗੱਲ ਕੀਤੀ ਜਾਵੇ ਟਕਸਾਲੀ ਅਕਾਲੀ ਦੀ ਤਾਂ ਇਹਨਾਂ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਊਗੀ, ਹਾਲਾਂਕਿ ਫਰੰਟ ਖੜਾ ਕੀਤਾ ਗਿਆ, ਲੇਕਿਨ ਇਹਨਾਂ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਜਾਊਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰੀਕੇ ਦੇ ਨਾਲ ਕਮਜ਼ੋਰ ਕੀਤਾ ਜਾਵੇ। ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਦੀ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਿਸੇ ਦੇ ਵੀ ਆਉਣ ਜਾਂ ਜਾਣ ਤੋਂ ਕੋਈ ਪਾਰਟੀ ਨੂੰ ਫਰਕ ਨਹੀਂ ਪੈਂਦਾ ਨਜ਼ਰ ਆਏਗਾ, ਲੇਕਿਨ ਫਿਰ ਵੀ ਟਕਸਾਲੀ ਗਰੁੱਪ ਵੱਲੋਂ ਪੂਰੀ ਪੁਰਜੋਰ ਕੋਸ਼ਿਸ਼ ਕੀਤੀ। ਆਉਣ ਵਾਲੇ ਸਮੇਂ 'ਚ ਇੰਤਜ਼ਾਰ ਰਹੇਗਾ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਸਾਹਮਣੇ ਆਉਣ, ਇਸ ਮਸਲੇ ਬਾਰੇ ਆਪਣੀ ਗੱਲ ਰੱਖਣ। ਬਿਲਕੁਲ ਬਿਲਕੁਲ ਅਮਰ, ਕਿਉਂਕਿ ਜੇਕਰ ਉਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਦਿੱਤਾ ਤਾਂ ਕੋਈ ਨਾ ਕੋਈ ਵਜ੍ਹਾ ਹੋਏਗੀ, ਤਾਂ ਉਹ ਵਜ੍ਹਾ ਜਿਹੜੀ ਕੀ ਹੈ ਉਹ ਖੁੱਲ ਕੇ ਸ਼ਾਇਦ ਉਹ ਇਹ ਰਿਜ਼ਿਗਨੇਸ਼ਨ ਐਕਸੈਪਟ ਹੋਣ ਤੋਂ ਬਾਅਦ ਹੀ ਬੋਲਣਗੇ। ਹੋ ਸਕਦਾ ਪਹਿਲਾਂ ਜਿਹੜੀ ਕੀ ਹੈ ਰਿਜ਼ਿਗਨੇਸ਼ਨ ਐਕਸੈਪਟ ਹੋਣ ਤੋਂ ਪਹਿਲਾਂ ਜਿਹੜੀ ਕੀ ਹੈ ਉਹ ਆਪਣੇ ਕਾਰਨ ਦੱਸਣ ਤੋਂ ਗੁਰੇਜ਼ ਕਰਦੇ ਹੋਣਗੇ, ਲੇਕਿਨ ਹੁਣ ਜਦੋਂ ਕਿ ਇਹ ਅਸਤੀਫਾ ਐਕਸੈਪਟ ਕਰ ਲਿੱਤਾ ਗਿਆ ਤਾਂ ਇਸ ਤੋਂ ਬਾਅਦ ਜਿਹੜੇ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਉਹ ਖੁੱਲ ਕੇ ਲੋਕਾਂ ਦੇ ਸਾਹਮਣੇ ਆਉਣਗੇ, ਤੇ ਹੋ ਸਕਦਾ ਆਪਣੀ ਜਿਹੜੀ ਕਿ ਐਕਚੁਅਲ ਰੀਜ਼ਨ ਨੇ ਰਿਜ਼ਿਗਨੇਸ਼ਨ ਦੇ ਪਿੱਛੇ ਉਹ ਜ਼ਰੂਰ ਦੱਸਣ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਤੇ ਅੰਕੁਸ਼ ਤੁਹਾਡਾ ਵੀ ਧੰਨਵਾਦ, ਤੇ ਚਾਹਾਂਗੇ ਇਹ ਟਵੀਟ ਵਿਖਾਓ। ਟਵੀਟ ਤੁਸੀਂ ਵੇਖ ਰਹੇ ਹੋ ਦਲਜੀਤ ਸਿੰਘ ਚੀਮਾ ਵੱਲੋਂ ਟਵੀਟ ਕੀਤਾ ਗਿਆ, ਤੇ ਥੋੜ੍ਹੀ ਦੇਰ ਪਹਿਲਾਂ ਲਿਵਿੰਗ ਇੰਡੀਆ ਨਿਊਜ਼ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਹੁਣ ਨਵਾਂ ਚਿਹਰਾ ਕੌਣ ਹੋਵੇਗਾ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮਿਨਿਸਟਰ ਪੰਜਾਬ, ਇਹਨਾਂ ਨੂੰ ਮੌਕਾ ਦਿੱਤਾ ਗਿਆ। ਅਕਾਲੀਆਂ ਦੇ ਮੁੱਦੇ ਹੁਣ ਚੁੱਕਣਗੇ, ਤੇ ਸਰਕਾਰ ਨੂੰ ਘੇਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਸ਼ਰਨਜੀਤ ਸਿੰਘ ਢਿੱਲੋਂ ਦੇ ਹੱਥ 'ਚ ਹੁਣ ਹੋਣ ਵਾਲੀ ਹੈ। ਵਿਧਾਨ ਸਭਾ ਦੇ ਆਗੂ ਵਜੋਂ ਅਸਤੀਫਾ ਦਿੱਤਾ ਹੈਗਾ, ਜਿਸ ਤੋਂ ਬਾਅਦ ਸ਼ਰਨਜੀਤ ਸਿੰਘ ਢਿੱਲੋਂ ਨੂੰ ਮੌਕਾ ਦਿੱਤਾ ਗਿਆ, ਸਾਹਨੇਵਾਲ ਤੋਂ ਵਿਧਾਇਕ ਨੇ ਸ਼ਰਨਜੀਤ ਸਿੰਘ ਢਿੱਲੋਂ, ਉਹਨਾਂ ਨੂੰ ਮੌਕਾ ਦਿੱਤਾ ਗਿਆ। ਹੁਣ ਅਕਾਲੀਆਂ ਦੇ ਜਿਹੜੇ ਮੁੱਦੇ ਹੋਣਗੇ ਜਾਂ ਫਿਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹਮੇਸ਼ਾ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਦੇ ਹੱਥ ਹੋਇਆ ਕਰਦੀ ਸੀ, ਅਤੇ ਫਿਲਹਾਲ ਹੁਣ ਸ਼ਰਨਜੀਤ ਸਿੰਘ ਢਿੱਲੋਂ ਇੱਕ ਮਾਨ ਸਾਹਮਣੇ ਨਜ਼ਰ ਆਉਣਗੇ। ਬ੍ਰੇਕ ਲਈ ਰੁਕਦੇ ਹਾਂ ਜੀ, ਫੌਰਨ ਹਾਜ਼ਰ ਹੋਵਾਂਗੇ।